तेल अते गैस दे स्रोत जल्द खत्म होण दे शंकियां ते दिनों दिन वध रहीआं कीमतां ने वड्डे वड्डे मुल्कां नूं सोचां विच पा दित्ता है। आम व्यक्ति दी जेब ते वी इसदा असर सीधे तौर ते पैंदा दिखाई दिंदा है। तेल दा बदल लभण लई जिथे दुनिया भर दीआं कंपनियां वल्लों नवीआं खोजां ते उपराले कीते जा रहे ने, उत्थे सधारण आदमी वी समें दी लोड़ नूं समझदे होए इसदा हल लभण दी कोशिश करदा नज़र आ रहा है। अज असी गल करन जा रहे हां उस सधारण कार मकैनिक दी जिसने पानी ते कार चला के जिथे कमाल कर दिता उथे तेल दा बदल लभ रहे वड्डे वड्डे विज्ञानियां नूं वी चुनौती दिती है। आर्थिक पक्खों कमजोर ते किताबी ज्ञान तो वांझे जिला फिरोजपुर दे कस्बा मल्लावाला दे वासी कपिल देव ने पानी ते कार चलाउण दा वड्डा मारका मारिया है। पिता पासों कारां ठीक करन दी हत्थी सिखलाई लै कार मकैनिक बने कपिल देव ने दस्या कि उस दे मन विच कुछ नवा करन दी तांग ते समय दी लोड़ ने इस सिट्टे तक पहुंचाया। अपने प्रयोग बारे जानकारी दिंदिया उसने दस्या कि मरुति 800 सीसी कार अंदर एक गैस वाली टैंकी फिट करके उस विच पानी अलकोहल ते गैस वैल्डिंग लई वरत्या जांदा कैल्शियम कार्बाइड पाया गया। इन्हां चीज़ां दे मिश्रण तो पैदा हुई गैस नाल उस नूं कार चलाउण विच सफलता मिल गई। इस तकनीक नाल कार चलाउण ते खर्च 1 रुपए प्रति किलोमीटर पैंदा है, जो महंगाई परे जमाने विच हरेक लई सौखा है। ਇਹਦੇ ਵਿੱਚ ਇੱਕ ਤਾਂ ਮੈਂ ਵਰਤਿਆ ਵਾ ਪ੍ਰੈਸ਼ਰ ਵਾਲੀ ਟੈਂਕੀ, ਗੈਸ ਪ੍ਰੈਸ਼ਰ ਵਾਲੀ, ਉਹ ਮਗਰ ਲਾ ਦਿੱਤੀ ਅਤੇ ਉਹਦੇ ਵਿੱਚ ਉਹਦੇ ਢੱਕਣ ਲੱਗਦਾ ਕੀਤਾ ਆਪ, ਢੱਕਣ ਲੱਗਦਾ ਕਰਕੇ ਉਹਦੇ ਵਿੱਚ ਮਸਾਲਾ ਵੈਲਡਿੰਗ ਵਾਲਾ ਜਿਹੜਾ ਹੁੰਦਾ ਉਹ ਪਾਤਾ ਅਤੇ ਕੋਈ ਥੋੜ੍ਹੀ ਜਨਕੋਲ ਪਾਤੀ ਵਿੱਚ ਜਾਂ ਸਿੱਕਾ ਪਾਤਾ ਉਹ ਯਾਨੀ ਕਿ ਪਿੱਕ ਵਧਾਉਣ ਵਾਸਤੇ ਅਤੇ ਉਹਨੂੰ ਬੰਦ ਕਰਕੇ ਥੋੜ੍ਹੀ ਹਵਾ ਭਰ ਦਿਉ ਵਿੱਚ ਅਤੇ ਉਹਦੇ ਨਾਲ ਜਿਹੜੀ ਗੱਡੀ ਆਪਣੀ ਚੱਲਣੀ ਸ਼ੁਰੂ ਹੋ ਜਾਏਗੀ। ਪੈਟਰੋਲ ਦੀ ਵੀ ਲੋੜ ਨਹੀਂ ਗੀ ਨਾ ਗੈਸ ਦੀ ਲੋੜ ਹੋਰ ਭਰਨ ਦੀ, ਸਿਰਫ ਇਸੇ ਨਾਲ ਚੱਲਦੀ। ਕਿੰਨੇ ਕਿਲੋਮੀਟਰ ਜਾਂਦੀ ਹੈ, ਕਿੰਨਾ ਮਸਾਲਾ ਤੁਸੀਂ ਪਾਉਂਦੇ ਹੋ? ਇਹਦੇ ਕਿਲੋ ਮਸਾਲੇ ਨਾਲ ਯਾਨੀ ਕਿ ਕੋਈ 40 ਜਾਂ 45 ਕਿਲੋਮੀਟਰ ਚੱਲ ਜਾਂਦੀ, ਇਹ ਆਪਣਾ ਅੰਦਾਜ਼ਾ। ਪੈਟਰੋਲ ਤੇ ਡੀਜ਼ਲ ਨਾਲੋਂ ਸਸਤੀ ਪੈਂਦੀ? ਹਾਂਜੀ, ਪੈਟਰੋਲ ਤੇ ਡੀਜ਼ਲ ਨਾਲੋਂ ਸਸਤੀ ਪੈਂਦੀ ਥੋੜ੍ਹੀ ਜਿਹਾ। ਕੀ ਸੋਚਦੇ ਤੁਹਾਡੀ ਇਸ ਤਕਨੀਕ ਨੂੰ ਗਾਂ ਲੋਕ ਜਿਹੜਾ ਐਕਸੈਪਟ ਕਰਨਗੇ? ਹਾਂਜੀ ਬਿਲਕੁਲ। ਅਤੇ ਇਹਦੇ ਨਾਲ ਕੋਈ ਨੁਕਸਾਨ ਜਿਵੇਂ ਗੈਸ ਤੁਸੀਂ ਯੂਜ਼ ਕਰਦੇ ਹੋ? ਨਹੀਂ ਜੀ, ਇਹ ਕੋਈ ਵੀ ਨੁਕਸਾਨ ਅਣਗਹਿਲੀ ਨਾਲ ਹੁੰਦਾ। ਜੇ ਆਪਾਂ ਅਣਗਹਿਲੀ ਵਰਤਾਂਗੇ ਤਾਂ ਨੁਕਸਾਨ ਨੁਕਸਾਨ, ਠੀਕ ਹੈ? ਜੇ ਆਪਾਂ ਪੂਰੀ ਸਾਵਧਾਨੀ ਨਾਲ ਚੱਲਾਂਗੇ ਕੋਈ ਨੁਕਸਾਨ। ਅਜੀਤ ਨਾਲ ਗੱਲਬਾਤ ਕਰਦਿਆਂ ਕਪਿਲ ਨੇ ਦੱਸਿਆ ਕਿ ਉਹ ਅਜੋਕੀ ਤੇਜ਼ ਰਫ਼ਤਾਰ ਦੁਨੀਆ ਵਿੱਚ ਕੁਝ ਵੱਡਾ ਤੇ ਨਵਾਂ ਕਰਨਾ ਲੋਚਦਾ ਏ, ਪਰ ਸਾਧਨਾ ਦੀ ਘਾਟ ਕਾਰਨ ਅਸਮਰੱਥ ਏ। ਕਪਿਲ ਨੇ ਦਾਅਵਾ ਕੀਤਾ ਕਿ ਜੇਕਰ ਸਰਕਾਰ ਉਸ ਦੀ ਆਰਥਿਕ ਮਦਦ ਕਰੇ ਤੇ ਆਗਿਆ ਦੇਵੇ ਤਾਂ ਉਹ ਇਸ ਤਕਨੀਕ ਵਿੱਚ ਹੋਰ ਸੁਧਾਰ ਕਰਕੇ ਲੋਕਾਂ ਅੱਗੇ ਪੇਸ਼ ਕਰ ਸਕਦਾ ਏ। ਇਹ ਮੇਰੇ ਦਿਮਾਗ 'ਚ ਆਇਆ ਸੀ ਵੀ ਜਿਹੜਾ ਕੋਈ ਗਰੀਬ ਬੰਦਾ ਜਾਂ ਕਿ ਗੱਡੀ ਲੈ ਲੈਂਦਾ, ਉਹਦੇ ਕੋਲ ਪੈਟਰੋਲ ਵੀ ਨਹੀਂ ਪੂਰਾ ਹੁੰਦਾ ਅਤੇ ਉਹ ਯਾਨੀ ਕਿ ਇਸ ਚੀਜ਼ ਵਰਤੋਂ ਕਰਕੇ ਤਾਂ ਚਲਾ ਸਕਦਾ ਗੱਡੀ। ਕਿਸੇ ਤੋਂ ਤੁਸੀਂ ਸਿੱਖਿਆ ਜਾਂ ਆਪ ਹੀ ਤੁਹਾਡੇ ਕੋਲ? ਇਹ ਮੈਂ ਕੰਮ ਬਹੁਤ ਚਿਰ ਦਾ ਸਿੱਖਿਆ ਹੋਇਆ, ਅਤੇ ਪਿਤਾ ਜੀ ਸਿੱਖਿਆ ਸੀਗਾ, ਉਹਦਾ ਨਾਂ ਸ਼੍ਰੀ ਬਹਾਦਰ ਚੰਦ ਮੱਲਾਂ ਵਾਲੇ, ਉਹ ਵੀ ਹੁਣ ਗੱਡੀ ਕੰਮ ਕਰਦੇ ਆ। ਉਹਨਾਂ ਤੋਂ ਕੰਮ ਸਿੱਖੇ ਨੂੰ ਮੈਨੂੰ ਹੋ ਗਏ ਆ 10 ਸਾਲ ਹੋ ਗਏ। ਇਸੇ ਸੰਬੰਧੀ ਕੈਮੀਕਲ ਇੰਜੀਨੀਅਰ ਡਾਕਟਰ ਰਾਜੀਵ ਅਰੋੜਾ ਦਾ ਕਹਿਣਾ ਹੈ ਕਿ ਬੇਸ਼ੱਕ 2050 ਤੱਕ ਤੇਲ ਦੇ ਸਰੋਤ ਖਤਮ ਹੋਣ ਦੇ ਸ਼ੰਕਿਆਂ ਦੇ ਚਲਦਿਆਂ ਬਦਲ ਲੱਭੇ ਜਾ ਰਹੇ ਨੇ, ਜਿਸ ਦੌਰਾਨ ਕਪਿਲ ਦੇਵ ਵੱਲੋਂ ਲੰਬੀ ਤਕਨੀਕ ਸ਼ਲਾਘਾ ਯੋਗਤਾ ਹੈ, ਪਰ ਇਸ ਦੇ ਨਾਲ ਹੀ ਥੋੜ੍ਹੀ ਜੋਖਮ ਭਰੀ ਵੀ ਹੈ। ਉਹਨਾਂ ਦੱਸਿਆ ਕਿ ਮਹਿੰਗੀ ਪੈਂਦੀ ਗੈਸ ਤੇ ਤੇਲ ਦਾ ਬਦਲ ਪਾਣੀ ਕੈਲਸ਼ੀਅਮ ਕਾਰਬਾਈਡ ਆਦਿ ਦੇ ਮਿਸ਼ਰਨ ਤੋਂ ਪੈਦਾ ਹੋਈ ਊਰਜਾ ਕਾਫ਼ੀ ਸਸਤਾ ਸਾਧਨ ਹੈ, ਪਰ ਇਹ ਗੈਸ ਤਿਆਰ ਕਰਨ ਲਈ ਵਰਤੀਆਂ ਜਾਣ ਵਾਲੀਆਂ ਵੱਖ ਵੱਖ ਚੀਜ਼ਾਂ ਦੀ ਮਿਕਦਾਰ ਕੀ ਹੋਣੀ ਚਾਹੀਦੀ ਹੈ, ਇਸ ਬਾਰੇ ਜਾਣਕਾਰੀ ਤੇ ਖੋਜ ਹੋਣੀ ਜ਼ਰੂਰੀ ਹੈ। ਅਸੀਂ ਇਹ ਕਹਿਣਾ ਚਾਹੁੰਦੇ ਹਾਂ ਜੀ, ਬਹੁਤ ਵਧੀਆ ਗੱਲ ਹੈ ਜਿਹੜੀ
ਇਹਨਾਂ ਨੇ ਗੱਡੀ ਤਿਆਰ ਕੀਤੀ ਆ। ਇਹਦੇ 'ਚ ਕੋਈ ਗਰੀਬ ਬੰਦਾ ਜਿਹੜਾ ਉਹ ਵੀ ਬਹੁਤ ਉਹਨੂੰ ਫਾਇਦਾ ਹੋ ਸਕਦਾ, ਜਿਵੇਂ ਕਿ ਕੁਛ ਬੰਦਿਆਂ ਤੋਂ ਤਾਂ ਪੈਟਰੋਲ ਵੀ ਪੈਣਾ ਮੁਸ਼ਕਲ ਹੈ, ਅਤੇ ਇਹਨਾਂ ਨਾਲ ਗਰੀਬ ਬੰਦਾ ਵੀ ਜਿਹੜਾ ਉਹ ਗੱਡੀ ਚਲਾ ਸਕਦਾ। ਖਤਰਾ ਤਾਂ ਨਹੀਂ ਮੰਨਦੇ ਤੁਸੀਂ ਇਸ ਚੀਜ਼ ਦਾ? ਨਹੀਂ, ਇਹਨਾਂ ਦੇ ਕਹਿਣ ਦੇ ਮੁਤਾਬਕ ਤਾਂ ਕੋਈ ਖਤਰੇ ਵਾਲੀ ਗੱਲ ਨਹੀਂ ਹੈ। ਜੇ ਆਪਾਂ ਸਾਵਧਾਨੀ ਵਰਤਾਂਗੇ ਤਾਂ ਫਿਰ ਤਾਂ ਖਤਰੇ ਵਾਲਾ ਕੋਈ ਕੰਮ ਨਹੀਂ। ਫਿਰ ਤਾਂ ਕਿਵੇਂ ਦਾ ਸਾਰਾ ਤੁਹਾਨੂੰ ਲੱਗਿਆ? ਬਹੁਤ ਵਧੀਆ ਲੱਗਿਆ ਜੀ ਸਾਨੂੰ ਤਾਂ। ਅਸੀਂ ਤਾਂ ਕਹਿੰਦੇ ਇਸ ਤਰ੍ਹਾਂ ਦੀ ਤਰੀਕ ਪਾਉਣੀ ਚਾਹੀਦੀ ਹੈ, ਸਰਕਾਰ ਨੂੰ ਇਹਦੀ ਮਦਦ ਕਰਨੀ ਚਾਹੀਦੀ ਹੈ। ਬਿਨਾਂ ਸ਼ੱਕ ਪਾਣੀ 'ਤੇ ਕਾਰ ਚਲਾਉਣ ਦੀ ਕਾਢ ਦੀ ਜਿੰਨੀ ਤਾਰੀਫ ਕੀਤੀ ਜਾਵੇ ਉਹ ਘੱਟ ਹੋਵੇਗੀ। ਨਿਸ਼ਚਿਤ ਰੂਪ ਵਿੱਚ ਇਹ ਇੱਕ ਯੁੱਗ ਪਲਟਾਊ ਖੋਜ ਵੀ ਸਾਬਿਤ ਹੋ ਸਕਦੀ ਹੈ ਜੇਕਰ ਇਸ ਨੂੰ ਵਿਆਪਕ ਪੱਧਰ 'ਤੇ ਪੇਸ਼ ਕੀਤਾ ਜਾਵੇ। ਲੋੜ ਹੈ ਅਜਿਹੀਆਂ ਕਾਢਾਂ ਕੱਢਣ ਵਾਲਿਆਂ ਨੂੰ ਹੱਲਾਸ਼ੇਰੀ ਦੇਣ ਦੀ, ਕਿਉਂਕਿ ਆਮ ਤੌਰ 'ਤੇ ਆਰਥਿਕ ਮੰਦਹਾਲੀ ਅਤੇ ਜਾਣਕਾਰੀ ਦੀ ਘਾਟ ਕਾਰਨ ਅਜਿਹੀਆਂ ਖੋਜਾਂ ਕਰਨ ਵਾਲਿਆਂ ਦੀਆਂ ਕਾਢਾਂ ਵਿਅਰਥ ਚਲੀਆਂ ਜਾਂਦੀਆਂ ਨੇ।